डबल स्टोरी मुर्गी खाना पाउना ਤਦੋਂ ਸਟੋਰੀ ਇਹਦਾ ਮਤਲਬ ਵੀ 1.5 ਲੱਖ ਥੱਲੇ ਤੇ 1.5 ਦੇ ਉੱਤੇ ਬਹੁਤੀ ਵੀ ਲੱਗ ਸਕਦੀ ਹੈ। ਹਾਂ ਇਹ ਤਾਂ ਚਲੋ ਜੀ, ਇਹ ਤਾਂ ਤੁਹਾਡੀ ਆਪਣੀ ਮੌਜ ਦੀ ਗੱਲ ਹੈ। ਕਿੰਨੀ ਚਾਹੀਦੀ ਹੈ ਟਿਕਟ ਤਾਂ ਮਾਸ਼ਾਅੱਲਾ ਬੜੀ ਪਈ ਹੈ ਜੀ। ਹਾਂਜੀ ਸ਼ੁਕਰ ਹੈ ਜੀ ਅੱਲਾ ਦਾ, ਗੁਜ਼ਾਰਾ ਕੀ ਹੁੰਦਾ ਹੈ ਜੀ, ਬਸ ਦਿਹਾੜੀ ਕੱਟ ਜਾਂਦੇ ਬੰਦੇ ਜੀ, ਦਿਹਾੜੀ ਝੂੜੀ ਲਾ ਜੀ। ਤੇਰੀ ਸਿਹਤ ਬਹੁਤ ਮਾੜੀ ਹੋ ਗਈ ਨਾ, ਤਾਂ ਪੁੱਛਿਆ ਗੁਜ਼ਾਰਾ ਕੀ ਹੋ ਜਾਂਦਾ। ਬਸ ਚੌਂਕ ਸਾਹਿਬ ਤੁਹਾਨੂੰ ਦੱਸਦੇ, ਇੱਥੇ ਮਜਬੂਰੀ ਹੈ ਜੀ, ਸਾਡੀ ਤਾਂ ਆਖੀ ਭੱਠੇ ਤੇ ਖੁੱਲੀ ਸੀ ਜੀ। ਅੱਛਾ ਜੀ, ਇੱਥੇ ਜੰਮਿਆ ਤਾਂ ਇੱਥੇ ਬਾਗ ਪੁੱਲੀ ਦੇ ਸਾਹਮਣੇ ਭੱਠਾ। ਅੱਛਾ ਅੱਛਾ, ਹੋਰ ਕੋਈ ਬਹੁਤ ਲੋਕ ਜੋ ਜੰਮਦੇ ਕੋ ਦਾਈ ਕੋਈ ਉਹਨੇ ਮਾਈ ਕੋ ਪਿਓ ਤੇਰੇ ਮਗਰ ਕੋਈ ਸਾਡੇ ਮੋਰੇ ਸਾਹੀ ਲਗਾ ਸਾਡੇ ਅੱਗੇ ਪੱਠਾ ਹੀ ਸੀ ਜੀ। ਅੱਛਾ ਦੱਸੋ ਫਿਰ ਕੀ ਕਰਨਾ, ਇੱਕ ਦਾ ਕੋ ਲੈਣੀ ਹੈ ਇਹ ਚੌਂਕ ਸਾਹਿਬ ਬੇਟੇ ਜੀ, ਤਾਂ ਲੈਣੀ ਹੈ। ਮਾਲਕ ਤੇਰੇ ਨੂੰ ਮਿਲ ਲਈ ਤੇ ਤੂੰ ਗੱਲ ਕਰੇਗਾ। ਉਹ ਮਾਲਕ ਨੂੰ ਛੱਡੋ ਜੀ, ਮਾਲਕ ਤਾਂ ਹੈ ਹੀ ਨਹੀਂ ਜੀ ਕੁਛ ਵੀ, ਮਾਲਕ ਤਾਂ ਤੂੰ ਸੀ ਆ ਜੀ। ਅੱਛਾ ਹਾਂ, ਉਹਦੀ ਇਹੀ ਕੋਸ਼ਿਸ਼ ਹੁੰਦੀ ਆ ਕਿ ਬਸ ਆਏ ਗਏ ਨੂੰ ਨਾ ਬਸ ਲੁੱਟ ਲਈਏ ਜਿਹੜੀ ਘੜੀ ਹੋਵੇ। ਨਹੀਂ ਯਾਰ, ਪੱਠੇ ਵਾਲੇ ਲੁੱਟਦੇ ਤੇ ਨਹੀਂ ਆ, ਇਹ ਚੋਰੀ ਜੀ ਲੁੱਟਦੇ ਹੀ ਆ, ਹੋਰ ਇਹਨੇ ਕੀ ਕਰਨਾ। ਚੁੰਨਾ ਕੇ ਸਾਰਾ ਕੰਮ ਤੂੰ ਹੀ ਕਰੇ। ਮੈਂ ਹੀ ਕਰਾਂ ਜੀ, ਇੱਥੇ ਵੀ ਤਾਂ ਚੌਰੀ ਜੀ ਮੈਂ ਹੀ ਕਹਿਣ ਡਿਆ, ਹੋਰ ਕਿਹੜਾ ਕੋ ਬੰਦੇ ਲਾਏ। ਉੱਥੇ ਵੀ ਤੂੰ ਕਰਨੇ, ਜਿੰਨੀ ਤੇਰੀ ਸਿਹਤ ਮਾੜੀ ਹੈ ਮੈਂ ਚਾਹੁੰਦਾ ਕਿ ਤੂੰ ਕੋਈ 4 ਪੈਸੇ ਤੂੰ ਵੀ ਵੱਟੇ। ਇਹ ਚੌਰੀ ਜੀ 4 ਪੈਸੇ ਕੀ ਵੱਟਣੇ ਆ, ਇੱਥੇ ਕਰਜਾ ਹੀ ਇਹਨਾਂ ਦੇਣਾ, ਮੈਂ ਸੀ ਤਾਂ ਮਜਬੂਰੀ ਨਾਲ ਕੰਮ ਕਰ। ਕਿੰਨਾ ਕਰਜ਼ਾ ਤੂੰ ਦੇਣਾ ਇੱਥੇ? ਮੈਂ ਦੇਣਾ ਜੀ 7.5 ਲੱਖ ਰੁਪਇਆ। ਕਰ ਲਵੇ ਕਾਕਾ 2-4 ਸਾਲ ਕੰਮ ਇੱਥੇ, ਹੋਰ ਕਰ ਲਾ ਤੇ। ਕਿਹੜੀ ਸਹੀ ਹੁੰਦੀ ਇੱਥੇ? ਜਿਹੜੀ ਜੀ ਵੱਜ ਜਾਏ ਪੱਕੀ ਇੱਟ ਪਹੁੰਚਦਾ, ਕਿਹੜੀ ਸਹੀ ਹੁੰਦੀ ਪੱਕੀ? ਇੱਟ ਚੰਗੀ ਦੋਮ ਵੀ ਹੁੰਦੀ ਆ ਜੀ, ਅੱਬਲ ਵੀ ਹੁੰਦੀ ਆ ਜੀ। ਇੱਕ ਸਕੂਲੇ ਪੜ੍ਹਦੀਆਂ ਰਹੀਆਂ ਜੀ ਅਵਲ ਕੌਮ? ਨਹੀਂ ਨਹੀਂ ਜੀ, ਮਿੱਟੀ ਮਿੱਟੀ 'ਚ ਫਰਕ ਹੁੰਦਾ ਜੀ। ਅੱਛਾ, ਜਿੱਦਾਂ ਹੁਣ ਤੁਹਾਡੀ ਮਿੱਟੀ 'ਚ ਫਰਕ ਆ, ਮੇਰੀ ਮਿੱਟੀ 'ਚ ਫਰਕ ਆ। ਨਹੀਂ, ਤੇਰਾ ਮੂੰਹ ਤਾਂ ਕਿੰਗਰੇ ਕਰ ਗਾਵਾ ਕਾਕਾ ਜੀ। ਇਹ ਇੱਕ ਲੈਣੀ ਤੇ ਉਹ ਵੀ ਇੱਕ ਸਹੀ ਆ ਜੀ, ਉਹ ਵੀ ਇੱਕ ਸਹੀ। ਅੱਛਾ ਚਲੋ ਦੇਖਦੇ ਹਾਂ ਫਿਰ। ਮੈਂ ਕਹਿੰਦਾ ਵਾਂ ਕਿ ਮੁਰਗੀ ਖਾਨਾ ਬਣਾਉਣਾ ਵਾ, ਡਬਲ ਸਟੋਰੀ। ਡਬਲ ਸਟੋਰੀ